ਨਮਸਕਾਰ ਦਰਸ਼ਕੋ, ਮੈਂ ਕਿਰਨ ਵਸ਼ਿਸ਼ਟ ਲੈ ਕੇ ਹਾਜ਼ਰ ਕਰੰਟ ਇਸ਼ੂ। ਕਰੰਟ ਇਸ਼ੂ ਵਿੱਚ ਗੱਲ ਕਰਦੇ ਹਾਂ ਅਸੀਂ ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਬਾਰੇ, ਜਿਹਦੇ ਲਈ ਅਸੀਂ 4:30 ਤੋਂ 5:30 ਦੇ ਕਰੀਬ ਪਟਿਆਲਾ ਦੇ ਵਿੱਚ ਸਰਦਾਰ ਸੁਰਜੀਤ ਸਿੰਘ ਰੱਖੜਾ, ਜੋ ਕਿ ਅਕਾਲੀ ਜ਼ਿਲ੍ਹਾ ਦੇ ਪ੍ਰਧਾਨ ਨੇ ਪੰਜਾਬ ਦੇ ਵਿੱਚ ਪਟਿਆਲਾ ਦੇ ਵਿੱਚ ਉਹ ਦੇਖ ਰੇਖ ਕਰ ਰਹੇ ਸਨ, ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ। ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਤਾਂ ਉਹਨਾਂ ਨੇ ਸਾਫ਼ ਤੌਰ 'ਤੇ ਕਾਂਗਰਸ ਦੇ ਉੱਪਰ ਦੋਸ਼ ਮੜਦੇ ਹੋਏ ਕਿਹਾ ਸੀਗਾ ਕਿ ਕਾਂਗਰਸ ਧੱਕੇਸ਼ਾਹੀ ਕਰ ਰਹੀ ਹੈ। ਇੱਥੇ ਤੱਕ ਕਿ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਬੈਲਟ ਪੇਪਰ ਤੱਕ ਖੋਏ ਜਾ ਰਹੇ ਨੇ। ਉਹ ਕੀ ਗੱਲਬਾਤ ਹੋਈ ਸੀ ਕਿ ਕੁਛ ਅੰਸ਼ ਉਹਦੇ ਵੀ ਸੁਣਾਵਾਂਗੇ, ਅਤੇ ਲੇਕਿਨ ਜੋ ਉਹਨਾਂ ਨੇ ਅੰਦੇਸ਼ੇ ਜਿਤਾਏ ਸੀ ਬਿਲਕੁਲ ਸੱਚ ਜ਼ਾਹਿਰ ਹੋ ਰਹੇ ਨੇ। ਇਹ ਪਹਿਲੀ ਵਾਰੀ ਹੋਇਆ ਹੈ ਕਿ ਜਿਹੜੇ ਪ੍ਰਜਾਈਡਿੰਗ ਅਫਸਰ ਨੇ ਉਹਨਾਂ ਤੋਂ ਬੈਲਟ ਪੇਪਰ ਖੋਏ ਗਏ ਨੇ। ਇਹਨਾਂ ਨੇ ਬੂਥ ਕੈਪਚਰਿੰਗ ਕੀਤੀ ਹੈ ਅਤੇ ਬੈਲਟ ਪੇਪਰ ਖੋਏ ਨੇ। ਬਹੁਤ ਪ੍ਰਜਾਈਡਿੰਗ ਅਫਸਰ ਮੈਂ ਰੋਂਦੇ ਦੇਖੇ ਨੇ। ਇਹਨਾਂ ਨੇ ਤਾਂ ਹਰ ਬੂਥ ਦੇ ਉੱਤੇ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹਰ ਜਗ੍ਹਾ 'ਤੇ ਬੈਲਟ ਪੇਪਰ ਖੋਣ ਦੀ ਕੋਸ਼ਿਸ਼ ਕੀਤੀ, ਬੰਦੇ ਕੁੱਟਣ ਦੀ ਕੋਸ਼ਿਸ਼ ਕੀਤੀ। ਸੋ ਤੁਸੀਂ ਇਹ 4:30 ਵਜੇ ਸਾਡੀ ਜਿਹੜੀ ਗੱਲਬਾਤ ਹੋਈ ਸੀਗੀ ਸਰਦਾਰ ਸੁਰਜੀਤ ਸਿੰਘ ਰੱਖੜਾ ਜੀ ਨਾਲ, ਉਹ ਤੁਸੀਂ ਸੁਣੀ ਹੈ ਅਤੇ ਜਿਹੜੇ ਅੰਦੇਸ਼ੇ ਉਹਨਾਂ ਦਾ ਜਿਤਾਏ ਸੀ ਬਿਲਕੁਲ ਸੱਚ ਸਾਬਿਤ ਹੋਏ ਨੇ। ਮੈਂ ਤੁਹਾਨੂੰ ਨਾਲ ਇਹ ਦਿਖਾਉਣਾ ਚਾਹਾਂਗਾ ਕਿ ਕਿਵੇਂ ਸਾਫ਼ ਤੌਰ ਦੇ ਉੱਪਰ ਬੂਥ ਦੇ ਅੰਦਰ ਵੜ ਕੇ 5:30 ਵਜੇ ਦਾ ਸਮੇਂ ਹੈਗਾ ਕਿ ਸ਼ਰੇਆਮ ਵੋਟਾਂ ਪਾਈਆਂ ਜਾ ਰਹੀਆਂ, ਅਤੇ ਵੋਟਾਂ ਪਾਉਣ ਵਾਲੇ ਲੋਕ ਵੀ ਉਹ ਆਮ ਲੋਕ ਨਹੀਂ ਹੈਗੇ। ਇਹਨਾਂ ਦੇ ਵਿੱਚੋਂ ਇੱਕ ਕਾਂਗਰਸ ਦੀ MC ਮਹਿਲਾ ਹੈ ਜਿਹਦੇ ਪਤੀ ਕਾਂਗਰਸੀ ਨੇ, ਉਹ ਵੀ ਕਾਂਗਰਸੀ ਸੀਨੀਅਰ ਲੀਡਰ ਨੇ, ਖੁਦ ਉੱਥੇ ਵੋਟਾਂ ਪਾਉਂਦੇ ਹੋਏ ਦਿਖਾਈ ਦੇ ਰਹੇ ਨੇ। ਅਤੇ ਇਹਨਾਂ ਦਾ ਨਾਮ ਹੈਗਾ ਜੀ ਹਰਦੀਪ ਸਿੰਘ ਖਹਿਰਾ। ਹਰਦੀਪ ਸਿੰਘ ਖਹਿਰਾ ਜੋ ਸਰਦਾਰ ਜੀ ਤੁਹਾਨੂੰ ਇਹਨਾਂ ਤਸਵੀਰਾਂ ਵਿੱਚ ਦਿਖਾਈ ਦੇ ਰਹੇ ਨੇ, ਇਹ ਕਾਂਗਰਸੀ ਨੇ ਅਤੇ ਇਹਨਾਂ ਦੀ ਜਿਹੜੀ ਵਾਈਫ ਹੈ ਉਹ ਕਾਂਗਰਸੀ MC ਹੈ। ਅਤੇ ਸਾਫ਼ ਤੌਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿਵੇਂ ਬੈਲਟ ਪੇਪਰ ਇਕੱਠਾ ਕਰਕੇ ਵੋਟ ਮਸ਼ੀਨ ਦੇ ਅੰਦਰ ਜੋ ਬੋਕਸ ਬਣੇ ਨੇ ਉਹਨਾਂ ਦੇ ਵਿੱਚ ਪਾਉਂਦੇ ਹੋਏ ਦਿਖਾਈ ਦੇ ਰਹੇ ਨੇ। ਅਤੇ ਸ਼ਰੇਆਮ ਧੱਕੇਸ਼ਾਹੀ ਹੋ ਰਹੀ ਹੈ, ਅਤੇ ਜਿਹੜੀ ਇੱਥੇ ਪੁਲਿਸ ਪ੍ਰਸ਼ਾਸਨ ਹੈ ਉਹ ਮੂਕ ਦਰਸ਼ਕ ਬਣ ਕੇ ਸਿਰਫ ਅਤੇ ਸਿਰਫ ਦੇਖ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਾਲੀ ਵੋਟਿੰਗ ਹੋ ਰਹੀ ਹੈ। ਜੋ ਸਰਦਾਰ ਸੁਰਜੀਤ ਸਿੰਘ ਰੱਖੜਾ ਜੀ ਨੇ ਅੰਦੇਸ਼ਾ ਲਗਾਇਆ ਸੀ, ਜੋ ਉਹਨਾਂ ਨੇ ਕਿਹਾ ਸੀਗਾ ਉਹ ਬਿਲਕੁਲ ਸੱਚ ਹੋ ਗਿਆ। ਅਤੇ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਇਹ ਕਲੀਅਰ ਹੋ ਜਾਂਦਾ ਕਿ ਕਾਂਗਰਸ ਵੱਲੋਂ ਸਾਫ਼ ਤੌਰ 'ਤੇ ਧੱਕਾਸ਼ਾਹੀ ਕੀਤੀ ਜਾ ਰਹੀ ਹੈ। ਇਹ ਬਖਸ਼ੀ ਵਾਲੇ ਬੂਥ ਦੀਆਂ ਤਸਵੀਰਾਂ ਨੇ, ਬਖਸ਼ੀ ਵਾਲੇ ਬੂਥ ਦੇ ਵਿੱਚ ਸ਼ਰੇਆਮ ਇਸੇ ਤਰੀਕੇ ਦੇ ਨਾਲ ਜਿਹੜੀਆਂ ਵੋਟਾਂ ਨੇ ਪਾਈਆਂ ਗਈਆਂ, ਜਾਲੀ ਵੋਟਾਂ ਪਾਈਆਂ ਗਈਆਂ ਕਾਂਗਰਸ ਦੇ ਲੋਕਾਂ ਵੱਲੋਂ। ਅਤੇ ਦੂਸਰੀ ਤਸਵੀਰ ਦੇ ਵਿੱਚ ਇਹਨਾਂ ਦੇ ਨਾਲ ਦੱਸੀ ਕਿ ਇੱਕ ਹੋਰ ਸ਼ਖਸ ਖੜੇ ਨੇ, ਇਹਨਾਂ ਦਾ ਨਾਮ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਇਹਨਾਂ ਦਾ ਨਾਮ ਹੈ ਜੀ ਬਹਾਦਰ ਖਾਨ। ਜੀ ਹਾਂ, ਬਹਾਦਰ ਖਾਨ ਉਹ ਸ਼ਖਸ ਨੇ ਜਿਹੜੇ ਕਿ ਪੰਜਾਬ ਦੇ ਕੈਬਨਿਟ ਮਿਨਿਸਟਰ ਸ਼੍ਰੀ ਬ੍ਰਹਮ ਮਹਿੰਦਰਾ ਜੀ ਦੇ PA ਦੱਸੇ ਜਾਂਦੇ ਨੇ। ਇਹ ਬ੍ਰਹਮ ਮਹਿੰਦਰਾ ਜੀ ਦੇ PA ਨੇ ਜੋ ਸ਼ਰੇਆਮ ਇੱਥੇ ਧੱਕੇ ਨਾਲ ਵੋਟਾਂ ਪਾ ਵੀ ਰਹੇ ਨੇ, ਪਵਾ ਵੀ ਰਹੇ ਨੇ। ਤੋ ਕਾਂਗਰਸ ਦਾ ਜਿਹੜਾ ਅਕਸ ਹੈ ਉਹ ਬਿਲਕੁਲ ਸਾਹਮਣੇ ਜ਼ਾਹਿਰ ਹੋ ਗਿਆ, ਜਿਵੇਂ ਕਿ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਸਾਨੂੰ 4:30 ਤੋਂ 5:45 ਵਜੇ ਦੇ ਦਰਮਿਆਨ ਕਿਹਾ ਸੀਗਾ ਕਿ ਕਾਂਗਰਸ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਪ੍ਰੋਜ਼ਾਈਡਿੰਗ ਜਿਹੜੇ ਆਫਿਸਰ ਨੇ ਉਹ ਰੋ ਰਹੇ ਨੇ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ, ਉਹਨਾਂ ਕੋਲ ਬੈਲਟ ਪੇਪਰ ਤੱਕ ਖੋਹ ਲਏ ਜਾਂਦੇ ਨੇ। ਅਤੇ ਜੋ ਤਸਵੀਰਾਂ ਨੇ ਉਹ ਸਭ ਕੁਝ ਸੱਚ ਬਿਆਨ ਕਰ ਰਹੀਆਂ ਨੇ ਕਿ ਕਾਂਗਰਸ ਕਿਸ ਤਰੀਕੇ ਦੇ ਨਾਲ ਸਾਫ਼ ਤੌਰ 'ਤੇ ਧੱਕੇਸ਼ਾਹੀ ਕਰ ਰਹੀ ਹੈ। ਜਦੋਂ ਅਕਾਲੀ ਦਲ ਵੱਲੋਂ ਉੱਥੇ ਪ੍ਰੋਟੈਸਟ ਕੀਤਾ ਜਾਂਦਾ, ਉੱਥੇ ਪਹੁੰਚਿਆ ਜਾਂਦਾ, ਤਾਂ ਇੱਥੇ ਪ੍ਰਸ਼ਾਸਨਿਕ ਆਫਿਸਰਾਂ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਰੀਪੋਲਿੰਗ ਕਰਾ ਦਿੱਤੀ ਜਾਵੇਗੀ। ਅਤੇ ਇਹ ਸਾਰੀਆਂ ਗੱਲਾਂ ਕੀ ਜਿਤਾਉਂਦੀਆਂ ਨੇ ਕਿ ਕਾਂਗਰਸ ਸ਼ਰੇਆਮ ਧੱਕੇਸ਼ਾਹੀ ਕਰਦੀ ਹੋਈ ਪਟਿਆਲਾ ਸ਼ਹਿਰ ਦੇ ਵਿੱਚ ਦਿਖਾਈ ਦਿੱਤੀ। ਪਟਿਆਲਾ ਸ਼ਹਿਰ ਦੇ ਬਖਸ਼ੀ ਵਾਲੇ ਦੀ ਇਹ ਤਸਵੀਰਾਂ ਦੇ ਜ਼ਰੀਆ, ਜਿਹਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਨੂੰ ਦੱਸਦਾ ਹਰਦੀਪ ਸਿੰਘ ਖਹਿਰਾ ਅਤੇ ਉਹਨਾਂ ਦੇ ਨਾਲ ਬਹਾਦਰ ਖਾਨ, ਜੋ ਕਿ ਬ੍ਰਹਮ ਮਹਿੰਦਰਾ ਜੀ ਦਾ PA ਦੱਸਿਆ ਜਾਂਦਾ,
ਉਹ ਸਾਫ਼ ਤੌਰ ਦੇ ਉੱਪਰ ਵੋਟਾਂ ਪਾਉਂਦਾ ਹੋਇਆ ਤਸਵੀਰਾਂ ਦੇ ਵਿੱਚ ਕੈਦ ਹੋ ਗਿਆ। ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਉਹਨਾਂ ਦੀਆਂ ਹੀ ਨੇ। ਅਤੇ ਇਸ ਤੋਂ ਬਾਅਦ ਸਰਦਾਰ ਸਰਜੀਤ ਸਿੰਘ ਰੱਖੜਾ ਜੋ ਕਿ ਅਕਾਲੀ ਦਲ ਦੇ ਕੈਬਨਿਟ ਮਿਨਿਸਟਰ ਵੀ ਰਹਿ ਚੁੱਕੇ ਨੇ, ਉਹ ਉੱਥੇ ਪਹੁੰਚੇ। ਉਹਨਾਂ ਦੇ ਨਾਲ ਸਤਬੀਰ ਸਿੰਘ ਖੱਟੜਾ ਵੀ ਪਹੁੰਚੇ ਅਤੇ ਹੋਰ ਵੀ ਅਕਾਲੀ ਲੀਡਰ ਉੱਥੇ ਪਹੁੰਚੇ ਅਤੇ ਉਹਨਾਂ ਨੇ ਇੱਥੇ ਜਾ ਕੇ ਜਦੋਂ ਪ੍ਰੋਟੈਸਟ ਕੀਤਾ ਤਾਂ ਉਸ ਸਮੇਂ ਪ੍ਰਸ਼ਾਸਨਿਕ ਅਫਸਰਾਂ ਨੇ ਇਹ ਕਹਿ ਦਿੱਤਾ ਕਿ ਇਹਦੀ ਪੋਲਿੰਗ ਹੋ ਸਕਦੀ ਹੈ। ਕੀ ਕੁਛ ਕਿਹਾ ਸਰਦਾਰ ਸਰਜੀਤ ਸਿੰਘ ਰੱਖੜਾ ਨੇ ਇੱਥੇ ਪਹੁੰਚਣ ਤੋਂ ਬਾਅਦ, ਉਹ ਵੀ ਤੁਸੀਂ ਸੁਣੋ। ਇੱਦੋਂ ਵੱਧ ਜਾਤ ਵੀ ਇੱਦੋਂ ਵੱਧ ਧੱਕਾ ਨਹੀਂ ਹੋ ਸਕਦਾ ਕਿ ਇਹਨਾਂ ਨੇ ਗੁੰਡੇ ਬੁਲਾ ਕੇ ਬੂਥ ਕੈਪਚਰ ਕੀਤੇ ਨੇ, ਪੁਲਿਸ ਨਾਲ ਆਈ ਹੈ। ਅਤੇ ਆਹ ਤੁਸੀਂ ਦੇਖ ਰਹੇ ਹੋ ਇਹ ਸਾਡਾ ਐਮ ਸੀ ਹੈ ਪਟਿਆਲਾ ਸ਼ਹਿਰ ਦਾ, ਉਹ ਵੋਟ ਪਾ ਰਿਹਾ ਅਤੇ ਇੱਕ ਨਹੀਂ ਮੰਤਰੀ ਦਾ ਪੀ ਏ ਵੋਟਾਂ ਪਾ ਰਿਹਾ ਤੇ ਇੱਕ ਨਹੀਂ ਇੱਦਾਂ ਹਜ਼ਾਰਾਂ ਨੇ। ਉੱਥੇ ਦੋ ਬੰਦੇ ਨੂੰ ਐਗਜ਼ਾਮਪਲ ਦਿੱਤੀ ਹੈ ਕਿ ਇੱਕ ਨਹੀਂ ਮਤਲਬ ਐਸ ਐਚ ਓ ਨੇ ਆਪ ਲਿਆ ਕੇ ਬੰਦੇ ਅੰਦਰ ਵਾੜੇ ਨੇ। ਪਹਿਲਾਂ ਇਹਨਾਂ ਨੇ ਖੇੜੀ ਮਾਲੀਆਂ ਵਾੜੇ, ਫਿਰ ਦੁਘਾਟ ਵਾੜੇ, ਫਿਰ ਬਖਸ਼ੀਆਲ ਵਾੜੇ, ਇਕੱਲੇ ਇਕੱਲੇ ਜਿਵੇਂ ਨਾ ਲੀਡ ਕਰਦੇ ਹੁੰਦੇ ਨੇ, ਲੀਡ ਕਰਦੇ ਨੇ ਉਸ ਇਹ ਕੰਮ ਕਰ ਰਹੇ ਨੇ। ਸੋ ਇੱਦੋਂ ਇਹਦੇ ਨਾਲ ਤਾਂ ਵਧੀਆ ਗੱਲ ਸੀ ਵੀ ਇਹ ਨੋਮੀਨੇਟ ਕਰ ਦਿੰਦੇ, ਪਰ ਇਹ ਬੰਦਿਆਂ ਨੂੰ ਮਰਵਾਉਣ ਦੀ ਗੱਲ, ਬੰਦਿਆਂ ਦੇ ਫਸਾਦ ਕਰਾਉਣ ਦੀ ਗੱਲ ਇਹ ਇਹਨਾਂ ਨੇ ਸ਼ੁਰੂ ਕੀਤੀ ਹੈ। ਅਜੇ ਇਹਨੂੰ ਭੁਗਤਣੀਆਂ ਪੈਣੀਆਂ ਨੇ ਇਹ ਜਿਹੜਾ ਕੁਛ ਕਰ ਰਹੇ ਨੇ। ਇਹ ਤੋਂ ਲੋਕ ਪਹਿਲਾਂ ਬੜਾ ਬਹੁਤ ਨਾਰਾਜ਼ ਨੇ, ਪਹਿਲਾਂ ਇਹਨਾਂ ਨੇ ਕਾਰਪੋਰੇਸ਼ਨ ਦੀ ਇਲੈਕਸ਼ਨ 'ਚ ਵੀ ਇਹ ਕੁਛ ਕੀਤਾ ਅਤੇ ਉੱਥੇ ਵੀ ਸਾਡੀ ਲੜਾਈ ਪੂਰੀ ਹੋਈ ਹੈ। ਅੱਜ ਤੁਸੀਂ ਦੇਖ ਰਹੇ ਹੋ ਕਿ 5 ਵੱਜ ਗਏ, ਹਾਲ ਤੱਕ ਵੀ ਖਹਿਰਾ ਵੀ ਅੰਦਰ ਹੈ, ਉਹਦਾ ਪੀ ਏ ਵੀ ਅੰਦਰ ਹੈ। ਆਹ ਬਾਹਰ ਤੁਸੀਂ ਦੇਖ ਰਹੇ ਹੋ ਕਿ ਵੀ ਕਿੰਨੇ ਲੋਕ ਕਿੰਨੇ ਇਕੱਠੇ ਹੋਏ ਹੋਏ ਨੇ, ਪਰ ਉਹ ਅੰਦਰ ਵੋਟਾਂ ਪਾ ਰਹੇ ਨੇ। ਜੇ ਇਹ 5 ਵਜੇ ਤੱਕ ਵੀ ਵੋਟਾਂ ਪਾ ਰਹੇ ਨੇ ਫਿਰ ਕਾਹਦੀ ਕੀ ਗੱਲ ਰਹੇਗੀ? ਬਹੁਤ ਥਾਵੇਂ ਇਹਨਾਂ ਨੇ ਕੀ ਕੀਤਾ, ਬੈਲਟ ਪੇਪਰ ਖੋ ਕੇ ਲੈ ਗਏ। ਕਈ ਥਾਵੇਂ ਬੈਲਟ ਪੇਪਰ 100, 200, 400 ਘੱਟ ਵੀ ਆਇਆ ਕਿ ਪਹਿਲੇ ਇਹਨਾਂ ਨੂੰ ਦੇਤੇ। ਸੋ ਇਹ ਕੋਈ ਇਲੈਕਸ਼ਨ ਨਹੀਂ ਹੈ, ਇਹ ਤਾਂ ਇੱਕ ਫਾਰਮੈਲਿਟੀ ਕੀਤੀ ਹੈ। ਸੋ ਕਾਂਗਰਸ ਨੇ ਆਪਣੀ ਪਹਿਲੀ ਹਾਰ ਮੰਨ ਲਈ, ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੈ ਕਿ ਸਾਡੇ ਕੈਂਡੀਡੇਟ ਕੋਈ ਜਿੱਤ ਸਕਦਾ। ਸੋ ਜਿੰਨਾ ਇਹਨੂੰ ਨਿੰਦੀਏ, ਜਿੰਨਾ ਕੰਡੈਮ ਕਰੀਏ ਉਹਨਾਂ ਥੋੜ੍ਹਾ। ਸੋ ਮੈਂ ਤਾਂ ਇਲੈਕਸ਼ਨ ਕਮਿਸ਼ਨ ਕੋਲ ਵੀ ਬੇਨਤੀ ਕਰਦਾ ਅਤੇ ਬਾਕੀ ਸਾਰੀ ਐਡਮਿਨਿਸਟ੍ਰੇਸ਼ਨ ਕੋਲ ਕਰਦਾ ਕਿ ਜਿਹੜੇ ਇਹ ਅੰਦਰ ਬੰਦੇ ਨੇ ਇਹਨਾਂ ਦੇ ਪਰਚੇ ਵੀ ਦਰਜ ਹੋਣ ਅਤੇ ਅੱਗੇ ਵਾਸਤੇ ਤਾਂ ਕਿ ਕੋਈ ਕਾਨੂੰਨ ਦਾ ਰਾਜ ਹੋ ਸਕੇ। ਕਾਨੂੰਨ ਦਾ ਰਾਜ ਨਹੀਂ, ਇਹਦਾ ਜੰਗਲ ਦਾ ਰਾਜ ਅੱਜ ਕੱਲ੍ਹ ਚੱਲ ਰਹੀ ਹੈ। ਦੇਖੋ ਜੇ ਪੀ ਏ ਅੰਦਰ ਹੈ ਤਾਂ ਇਹ ਤੋਂ ਵੱਡੀ ਗੱਲ ਕਿਹੜੀ ਹੋਊਗੀ? ਪਰ ਬਹੁਤ ਪਿੰਡਾਂ ਦੇ ਵਿੱਚ ਜਾ ਕੇ ਪੁਲਿਸ ਦੇ ਕਬਜ਼ੇ ਕਰਾਏ, ਜਿੱਥੇ ਪੁਲਿਸ ਕਬਜ਼ੇ ਕਰਾਉਂਦੇ ਹੁਣ ਭੇਡਪੁਰੇ ਸੀਲਾਂ ਤੁਲਵਾ ਕੇ ਵੋਟਾਂ ਪਾ ਰਹੇ ਨੇ। ਸੀਲਾਂ ਲੱਗੀਆਂ ਹੋਈਆਂ ਨੇ, ਸਾਰਾ ਕੁਛ ਹੋਇਆ ਪਿਆ, ਉੱਥੇ ਜਾ ਕੇ ਸੀਲਾ ਤੁਲਵਾ ਕੇ ਵੋਟਾਂ ਪਾ ਰਹੇ ਨੇ। ਇਸੇ ਤਰ੍ਹਾਂ ਬਾਬਰਪੁਰ ਹੈ, ਮੈਨੂੰ ਤਾਂ ਇੱਕ ਪਿੰਡ ਨਹੀਂ, ਮੇਰਾ ਖਿਆਲ ਹੈ ਵੀ ਸੈਂਕੜੇ ਸਾਡੇ 1000 ਤੋਂ ਵੱਧ ਪਿੰਡ ਹੈ ਇੱਥੇ, ਮੇਰਾ ਖਿਆਲ 700 ਪਿੰਡਾਂ ਦੇ ਵਿੱਚ ਹਿਸਟਰੀ ਹੈ। ਸੋ ਹਰ ਪਿੰਡ ਦੇ ਵਿੱਚ ਇਹਨਾਂ ਨੇ ਕੀਤਾ। ਸੋ ਇਹਨਾਂ ਨੇ ਡੈਮੋਕ੍ਰੇਸੀ ਦਾ ਧਾਰਨ ਕੀਤਾ, ਅਰ ਇਹਨਾਂ ਨੂੰ ਭੁਗਤਣੀ ਪੈਣੀ ਹੈ। ਸੋ ਤਸਵੀਰਾਂ ਸਭ ਸੱਚ ਬਿਆਨ ਕਰਦੀਆਂ ਨੇ। ਇੱਦਾਂ ਲੱਗ ਰਿਹਾ ਕਿ ਜੋ ਸਰਦਾਰ ਸਰਜੀਤ ਸਿੰਘ ਰੱਖੜਾ ਜੀ ਨੇ ਕਿਹਾ ਸੀਗਾ 4:30 ਤੇ 4:45 ਵਜੇ ਦੇ ਵਿੱਚ, ਉਹ ਸਾਰੀਆਂ ਗੱਲਾਂ ਹੂ ਬਹੂ ਸੱਚ ਹੀ ਸਨ। ਜਿਵੇਂ ਸਰਦਾਰ ਸਰਜੀਤ ਸਿੰਘ ਰੱਖੜਾ ਜੀ ਨੇ ਕਾਂਗਰਸ ਦੇ ਉੱਪਰ ਆਰੋਪ ਲਗਾਏ ਸਨ, ਉਹ ਵਿਦ ਤਸਵੀਰਾਂ ਬਿਲਕੁਲ ਵੀਡੀਓ ਦੇ ਸਮੇਤ ਸਾਹਮਣੇ ਸਾਰਥਕ ਹੋ ਗਈਆਂ। ਕਾਂਗਰਸ ਦੇ ਉਹ ਲੀਡਰ ਜਿਹੜੇ ਸੀਨੀਅਰ ਲੀਡਰ ਦੱਸੇ ਜਾਂਦੇ ਨੇ, ਹਰਦੀਪ ਸਿੰਘ ਖਹਿਰਾ ਜਿਨ੍ਹਾਂ ਦੀ ਵਾਈਫ ਵੀ ਐੱਮ ਸੀ ਹੈ ਕਾਂਗਰਸ ਦੇ ਵਿੱਚ, ਅਤੇ ਨਾਲ ਹੀ ਉਹਨਾਂ ਦੇ ਬ੍ਰਹਮ ਮਹਿੰਦਰਾ ਜੀ ਦੇ ਪੀਏ ਦੱਸੇ ਜਾਣ ਵਾਲੇ ਸ਼ਖਸ ਬਹਾਦਰ ਖਾਨ ਇਹਨਾਂ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਹੇ ਨੇ। ਹੁਣ ਇਸ ਦੇ ਉੱਪਰ ਕਾਂਗਰਸ ਕੀ ਕਹੇਗੀ, ਕੀ ਉਹਦਾ ਜਵਾਬ ਹੋਏਗਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ। ਲੇਕਿਨ ਤਸਵੀਰਾਂ ਜੋ ਨੇ ਉਹ ਸਭ ਕੁਝ ਚੀਖ ਚੀਖ ਕੇ ਸੱਚ ਦੱਸ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਨੇ ਆਪਣੇ ਸੱਤਾ ਧਿਰ ਹੋਣ ਦਾ ਫਾਇਦਾ ਚੱਕਿਆ ਅਤੇ ਸ਼ਰੇਆਮ ਵੋਟਿੰਗ ਕੀਤੀ ਗਈ, ਅਤੇ ਜੋ ਪੁਲਿਸ ਪ੍ਰਸ਼ਾਸਨ ਹੈ ਉਹ ਸਿਰਫ ਅਤੇ ਸਿਰਫ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖਦਾ ਰਿਹਾ, ਅਤੇ ਅਕਾਲੀ ਦਲ ਦਾ ਜਿਹੜਾ ਖਦਸਾ ਸੀਗਾ ਉਹ ਬਿਲਕੁਲ ਸੱਚ ਜ਼ਾਹਿਰ ਹੋਇਆ।
ਸੋ ਕਰੰਟ ਇਸ਼ੂ ਵਿੱਚ ਇਹ ਖਾਸ ਗੱਲ ਸੀਗੀ ਜੋ ਕਿ ਅੱਜ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨਸ ਹੋਏ ਉਸ ਦੇ ਵਿੱਚ ਦੇਖਣ ਨੂੰ ਮਿਲੀ ਪਟਿਆਲਾ ਸ਼ਹਿਰ ਦੇ ਬਖਸ਼ੀਵਾਲਾ ਤੋਂ ਇਹ ਤਸਵੀਰਾਂ ਸਨ। ਇਸੇ ਤਰ੍ਹਾਂ ਵੇਖਦੇ ਰਹੋ ਏਵਨ ਪੰਜਾਬੀ ਨੱਡਾ ਨਿਰਪੱਖ ਤੇ ਨਵੀਂ ਸੋਚ। ਫਾਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।